जदों भी मर्जी आ जाए मैं वादा करके जाना थोड़े नाल भाई जदों भी इत्थे आऊगा इहनू लाइव मिलना इहनू लाइव दसांगे भी ये दस्तार दे नाल सानू प्यार किन्ना ये दाड़े दे नाल सानू प्यार किन्ना जटा तां बणगियां जे सानू साडे शरीर की साफ सफाई ना करनी आई ये बना के बिना नहाते हुए बंदे ये उहनू की पता भी दाड़े की कीमत आ। मैं आपदी टीम नू इक सौंह पवा के तुरिया सी भी खराब ने अपनियां ਤਾਂ ਜਾਵਾਂਗੇ ਜੇ ਵੱਢਾਂਗੇ ਉਹਨੂੰ ਪਰ ਉਹ ਘਰੇ ਨਹੀਂ ਸੀ ਮਿਲਿਆ ਜੇ ਅੱਜ ਸਿੰਘ ਮਨਜਿੰਦਰ ਜੀ ਕੀ ਹਾਲ ਨੇ ਅੱਜ ਇਹ ਬੰਦਾ ਮਿਲਿਆ ਜੇ ਅੱਜ ਮਿਲਦਾ ਤੁਹਾਨੂੰ ਦੱਸ ਦਿੰਦੇ ਕਿ ਸਾਨੂੰ ਸਿੱਖੀ ਨਾਲ ਪਿਆਰ ਕੀ ਆ। ਬੀਤੇ ਦਿਨੀ ਡੇਰੇ ਦੇ ਸਾਧਾਂ ਵੱਲੋਂ ਸਿੱਖ ਨੌਜਵਾਨ ਨਾਲ ਕੀਤੀ ਕੁੱਟਮਾਰ ਤੋਂ ਬਾਅਦ ਸਿੱਖ ਸੰਗਤ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਨਿਹੰਗ ਸਿੰਘ ਸਾਧ ਦਾ ਸੌਦਾ ਲਾਉਣ ਲਈ ਉਸਦੇ ਡੇਰੇ ਪਹੁੰਚ ਗਏ ਨੇ ਪਰ ਡੇਰੇ ਨੂੰ ਜਿੰਦਾ ਲੱਗਿਆ ਹੋਣ ਤੋਂ ਬਾਅਦ ਨਿਹੰਗ ਸਿੰਘਾਂ ਨੇ ਉੱਥੋਂ ਹੀ ਲਾਈਵ ਹੋ ਕੇ ਸਾਧਾਂ ਨੂੰ ਵੱਡੀਆਂ ਚੇਤਾਵਨੀਆਂ ਦਿੱਤੀਆਂ ਨੇ। ਐ ਨਜ਼ਾਰੇ ਨਾਲ ਰਹਿੰਦਾ ਇੱਥੇ ਕੋਈ ਗੱਲ ਨਹੀਂ ਇਹਦਾ ਕਰਦੇ ਆ ਕਾਰਜ ਵੀ ਕੀ ਆ ਇਹ ਕੀ ਗੱਲਬਾਤ ਆ। ਜਤਿੰਦਰ ਵੀਰੇ ਕਿਉਂਕਿ ਇਹ ਮਿਲਿਆ ਨਹੀਂ ਬੰਦਾ ਇੱਥੇ ਇਹ ਬੰਦਾ ਮਿਲਿਆ ਨਹੀਂ ਜੀ ਮੈਂ ਇੱਕ ਬੇਨਤੀ ਤੁਹਾਨੂੰ ਦੱਸਦਾ ਵੀ ਇਹ ਅਸਾਧ ਨੇ ਜਿਹੜਾ ਦਾੜੇ ਨੂੰ ਹੱਥ ਪਾਇਆ ਜਿਹੜਾ ਪਿੰਡ ਦੇ ਵਿੱਚ ਕੋਈ ਡੇਰਾ ਨੂੰ ਸਿੱਧੇ ਰਾਹ ਪਾਉਣਾ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਪਰ ਇਹ ਜਿਹੇ ਡੇਰੇ ਆ ਜਿਹੜੇ ਉਹ ਸਾਡਾ ਘਾਣ ਕਰਦੇ ਆ ਇਹ ਜਿਹੇ ਡੇਰੇ ਆ ਜਿਹੜੇ ਜੜਾਂ 'ਚ ਬੈਠੇ ਹੋਏ ਨੇ ਤੁਹਾਨੂੰ ਸੱਚ ਦੱਸ ਦਿੰਦੇ ਹਾਂ ਇਹ ਕੋਈ ਵੀ ਹੋਵੇ ਕੋਈ ਵੀ ਇਹਦੀ ਗੱਲਬਾਤ ਹੋਵੇ ਕਿੱਥੋਂ ਦਾ ਇਹ ਭੱਜ ਗਿਆ ਕਹਿੰਦੇ ਵੀਰੇ ਖਾਲਸਾ ਜਗਦੀਪ ਸਿੰਘ ਜੀ ਰੰਗਰੇਟਾ ਜੀ ਇਹ ਇੱਥੋਂ ਭੱਜ ਚੁੱਕਿਆ ਵਾ ਵੀਡੀਓ ਦੂਜਾ ਕੈਮਰਾ ਚਲਾਓ ਆਹ ਦੇਖਿਓ ਜੀ ਆਹ ਜਿਹੜੀਆਂ ਗੱਲਾਂ ਸਾਰਿਆਂ ਨੇ ਦੇਖੀਆਂ ਨੇ ਆਹ ਵੀਰ ਕਿੰਨੀ ਨਰਮਾਈ ਦੇ ਨਾਲ ਗੱਲ ਕਰ ਰਿਹਾ ਜਿਹਦਾ ਮੂੰਹ ਬੰਨਿਆ ਹੋਇਆ ਇਹਦੇ ਡੇਰੇ ਦੇ ਵਿੱਚੋਂ ਕਹਿ ਜਾ ਕੇ ਆਹ ਦੇਖੋ ਆਹ ਬੰਦਿਆਂ ਨੇ ਜਿਹੜੇ ਆਹ ਬੰਦਿਆਂ ਨੇ ਆਹ ਦੇਖੋ ਉਹ ਸਾਧ ਬੈਠਾ ਜੀ ਉਹ ਪਰੇ ਬੈਠਾ ਉਹਦਾ ਹੱਕ ਇੱਥੇ ਬਣਦਾ ਸੀ ਵੀ ਬੰਦੇ ਨੂੰ ਕੋਲੇ ਬਿਠਾਵੋ ਪਹਿਲਾਂ ਤਾਂ ਗੱਲ ਸੁਣੋ ਵੀ ਬੰਦਾ ਹੈ ਕੌਣ ਆ ਕੀ ਗੱਲ ਆ ਕਿਉਂ ਆਇਆ ਠੀਕ ਆ ਉਸ ਬੰਦੇ ਨੇ ਬਿਲਕੁਲ ਜਤਿੰਦਰ ਵੀਰੇ ਜਦੋਂ ਵੀ ਮਰਜ਼ੀ ਆ ਜਾਵੇ ਮੈਂ ਵਾਅਦਾ ਕਰਕੇ ਜਾਂਦਾ ਤੁਹਾਡੇ ਨਾਲ ਬਈ ਜਦੋਂ ਵੀ ਇਹ ਇੱਥੇ ਆਊਗਾ ਇਹਨੂੰ ਲਾਈਵ ਮਿਲਣਾ ਇਹਨੂੰ ਲਾਈਵ ਦੱਸਾਂਗੇ ਵੀ ਇਹ ਦਸਤਾਰ ਦੇ ਨਾਲ ਸਾਨੂੰ ਪਿਆਰ ਕਿੰਨਾ ਇਹ ਦਾੜੇ ਦੇ ਨਾਲ ਸਾਨੂੰ ਪਿਆਰ ਕਿੰਨਾ ਇਹ ਸਾਨੂੰ ਮਸਾਂ ਮਿਲਿਆ ਦਾੜਾ ਤੇ ਦਸਤਾਰ ਇਹ ਐਵੇਂ ਨਹੀਂ ਮਿਲ ਗਿਆ ਕੋਈ ਵੀ ਪਰਸਨਲ ਤੌਰ ਤੇ ਲੜਾਈ ਹੋ ਸਕਦੀ ਆ ਕਿਸੇ ਦੀ ਕੋਈ ਵੀ ਲੜ ਸਕਦਾ ਦੁਨੀਆ ਤੇ ਡੇਲੀ ਥਾਣਿਆਂ 'ਚ ਦੇਖ ਲਓ ਕੇਸ ਬੜੇ ਨੇ ਪਰ ਬਿਲਕੁਲ ਜੀ ਬਿਲਕੁਲ ਅਸੀਂ ਪਿੰਡ ਦੀ ਪੰਚਾਇਤ ਕੋਲੇ ਪਹੁੰਚਾਂਗੇ ਪਿੰਡ ਦੀ ਪੰਚਾਇਤ ਤੋਂ ਪੁੱਛਾਂਗੇ ਵੀ ਕੀਤੀ ਆ ਪਿੰਡ ਕੀ ਚਾਹੁੰਦਾ ਕਿਉਂਕਿ ਕਈ ਵਾਰ ਇਹ ਹੁੰਦਾ ਅਸੀਂ ਕੋਈ ਰਿਪੋਰਟਰ ਨਹੀਂ ਹੈਗੇ ਜੀ ਜਾਂ ਅਸੀਂ ਕਹਿ ਦਈਏ ਅਸੀਂ ਕੋਈ ਇੱਥੇ ਤੇ ਇਸ ਕਰਕੇ ਆਪਾਂ ਚਾਹੁੰਦੇ ਹਾਂ ਵੀ ਇਹ ਬੰਦੇ ਦਾ ਪਤਾ ਲੱਗੇ ਜਦੋਂ ਆਊ ਇਹਦਾ ਦੱਸੀਏ ਹਾਂ ਬਿਲਕੁਲ ਜੀ ਬਿਲਕੁਲ ਵੀਰੇ ਹੈਗਾ ਕੋਈ ਜਾਂ ਇੱਥੋਂ ਦਾ ਬੋਲਣ ਵਾਲਾ ਕੋਈ ਪਿੰਡ ਤੋਂ ਹੈ ਨਹੀਂ ਜੀ ਦੇਖੋ ਕੋਈ ਵੀ ਕੈਮਰੇ ਮੂਹਰੇ ਆਏ ਨਹੀਂ ਬੋਲਦਾ ਹੁੰਦਾ ਵੀਰ ਚਾਹੇ ਖੜੇ ਨੇ ਪਰ ਤੁਹਾਨੂੰ ਦੱਸ ਦੱਸ ਦਈਏ ਅਸੀਂ ਵੀ ਐਡੀ ਦੂਰੋਂ ਜੇ ਆਏ ਹਾਂ ਸਿਰਫ ਸਾਨੂੰ ਸਿੱਖੀ ਨਾਲ ਪਿਆਰ ਆ ਸਾਨੂੰ ਦਾੜੇ ਨਾਲ ਪਿਆਰ ਆ ਸੋਨੀ ਵੀਰ ਉਸੇ ਟਾਈਮ ਹੀ ਆ ਗਿਆ ਵੀ ਮੈਂ ਵੀ ਚੱਲਦਾ ਚੀਜ਼ ਦਾ ਦੁੱਖ ਸਾਨੂੰ ਇੰਨਾ ਹੋਇਆ ਜੀ ਕਿ ਇਸ ਜਗ੍ਹਾ 'ਤੇ ਇੱਕ ਡੇਰਾ ਚੱਲ ਰਿਹਾ ਉੱਥੇ ਕੋਈ ਵੀਰ ਆਇਆ ਅਫਸਰ ਦੇਖੋ ਉਹਦੀ ਨਰਮਾਈ ਇੰਨੀ ਸੀ ਮੈਂ ਕਹਿੰਦਾ ਜੇ ਮੇਰੇ ਨਾਲ ਵੀ ਕੋਈ 40 ਕਿਲੋ ਨਾਲ ਲੜ ਪਏ ਨਾ ਗਾਲੀ ਗਲੋ 'ਚ ਆਪਾਂ ਜੱਫਾ ਤਾਂ ਲਾਵਾਂਗੇ ਪਰ ਉਹ ਬੰਦਾ ਬਿਲਕੁਲ ਨਹੀਂ ਲਾ ਰਿਹਾ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਹੋ ਕੀ ਗਿਆ ਜਿਹੜੇ ਨਾਲ ਦੇ ਬੰਦੇ ਫੜੇ ਗਏ ਨੇ ਕਿਉਂਕਿ ਦੇਖੋ ਦੁੱਖ ਸਾਰਿਆਂ ਨੂੰ ਹੋਇਆ ਚਾਹੇ ਕੋਈ ਸਰਦਾਰ ਆ ਚਾਹੇ ਸਰਦਾਰ ਨਹੀਂ ਮੈਂ ਇੱਕ ਮਾਫ਼ੀ ਚਾਹੁੰਦਾ ਜੀ ਮੈਂ ਉਸੇ ਫੋਨ ਤੋਂ ਲਾਈਵ ਕਰ ਰਿਹਾ ਜਿਹੜੇ ਮੇਰੇ ਵੀਰ ਫੋਨ ਲਾ ਰਹੇ ਨੇ ਉਹਨਾਂ ਨੂੰ ਬੇਨਤੀ ਆ ਵੀ ਹਲੇ ਥੋੜ੍ਹਾ ਟਾਈਮ ਫੋਨ ਨਾ ਲਾਇਓ ਲਾਈਵ ਤੋਂ ਬਾਅਦ ਆਪਾਂ ਫੋਨ 'ਤੇ ਗੱਲ ਕਰ ਲਾਂਗੇ ਜਿਹੜੀ ਅੱਜ ਸੋਸ਼ਲ ਮੀਡੀਆ 'ਤੇ ਆਪਾਂ ਵੀਡੀਓ ਦੇਖੀ ਆ ਸਾਰਿਆਂ ਨੇ ਉਹ ਇਸ ਡੇਰੇ ਦੀ ਵੀਡੀਓ ਆ ਜੀ ਇਸ ਡੇਰੇ ਚੁੱਕਿਆ ਜੀ ਉਹ ਇੱਥੋਂ ਭੱਜ ਚੁੱਕਿਆ ਵਾ ਕਿਉਂ ਭੱਜ ਗਿਆ ਕਿਉਂਕਿ ਉਹਨੂੰ ਪਤਾ ਕਿ ਮੈਂ ਕਿਉਂਕਿ ਇਹ ਮਾਫ਼ੀ ਮੰਗ ਲੈਣਗੇ ਹੁਣ ਬਈ ਜੀ ਸਾਤੋਂ ਹੋ ਗਈ ਗਲਤੀ ਪਰ ਇਹੋ ਜਿਹੇ ਡੇਰਿਆਂ ਨੂੰ ਪੱਕਾ ਜਿੰਦਾ ਲੱਗਣਾ ਚਾਹੀਦਾ ਇਸ ਪਿੰਡ ਦੇ ਵਿੱਚ ਬਹੁਤ ਘਰ ਇਹੋ ਜਿਹੇ ਹੋਣਗੇ ਆ ਮੈਂ ਕੱਲ੍ਹ ਵੀਡੀਓ ਪਾਈ ਆਪਣੀ ਟੀਮ ਨੇ ਜਿਹੜੇ ਘਰ ਦੀ ਕੰਧ ਹੈ ਨਹੀਂ ਅੱਜ ਤੱਕ ਪੰਜਾਬ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੋਇਆ ਘਰਾਂ ਦੀਆਂ ਕੰਧਾਂ ਤਾਂ ਹੁੰਦੀਆਂ ਨੇ ਕੰਧ ਘਰ ਦੀ ਕੰਧ ਹੀ ਹੈ ਨਹੀਂ ਨਾ ਲੈਟਰਿਨ ਨਾ ਬਾਥਰੂਮ ਉਹ ਉਹੋ ਜਿਹੇ ਘਰਾਂ ਨੂੰ ਇਹੋ ਜਿਹੇ ਡੇਰਿਆਂ ਦੇ ਵਿੱਚ ਪਨਾ ਦਵੋ ਇਹੋ ਜਿਹੇ ਅਸਾਧਾਂ ਨੂੰ ਨਾ ਦਵੋ ਕਿ ਜਿਹੜੇ ਪੀ ਕੇ ਸੁੱਖਾ ਪੀ ਕੇ ਚਿਲਮਾ ਤੇ ਆਉਣ ਵਾਲੇ ਬੰਦੇ ਦੀ ਜਾਂਚ ਕਰਨ ਵਾਲੇ ਬੰਦੇ ਦੇ ਪੱਟਦੇ ਆ ਦਾੜੇ ਤੇ ਲਾਉਂਦੇ ਆ ਦਸਤਾਰਾਂ
ਇਹ ਸੱਚ ਜਾਣਿਓ ਇਹ ਸਿੱਖੀ ਤੇ ਸਿੱਧਾ ਹਮਲਾ ਵਾ ਇੱਕ ਜਟਾਂ ਵਾਲਾ ਸਾਧ ਜਟਾਂ ਬਿਨਾ ਨਾਤੇ ਤੋਂ ਬਣਦੀਆਂ ਨੇ ਆ ਹੋਰ ਵੀਰ ਖੜੇ ਹੋਣਗੇ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਨੇ ਤੇ ਜੂੜੇ ਨੇ ਜਟਾਂ ਤਾਂ ਬਣਨਗੀਆਂ ਜੇ ਸਾਨੂੰ ਸਾਡੇ ਸਰੀਰ ਦੀ ਸਾਫ ਸਫਾਈ ਨਾ ਕਰਨੀ ਆਈ ਇਹ ਬਣਾ ਕੇ ਬਿਨਾਂ ਨਹਾਤੇ ਹੋਏ ਬੰਦੇ ਇਹ ਉਹਨੂੰ ਕੀ ਪਤਾ ਵੀ ਦਾੜੇ ਦੀ ਕੀ ਕੀਮਤ ਆ ਜੇ ਕੋਈ ਪਿੰਡ 'ਚ ਉਹ ਪਿੰਡ ਦੇ ਬੰਦੇ ਸੀ ਵੀਰੇ ਜਿਹੜੇ ਸੀਗੇ ਪਤਾ ਕੁਛ ਉਹ ਪਿੰਡ ਦੇ ਹੀ ਬੰਦੇ ਆ ਜੀ ਅਸੀਂ ਤੁਹਾਨੂੰ ਸੱਚ ਦੱਸਤਾ ਵੀ ਅਸੀਂ ਜਾਵਾਂਗੇ ਜਾ ਕੇ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਇਹ ਕੋਈ ਧਮਕਾਉਣ ਜਾਂ ਦੂਜੀ ਗੱਲ ਨਹੀਂ ਹੈਗੀ ਇੱਥੇ ਤਾਂ ਜੇ ਉਹ ਮੰਨਦਾ ਜਿਵੇਂ ਪਿਛਲੀ ਵਾਰ ਆਪਣੀ ਟੀਮ ਸਰਸੇ ਵਾਲੇ ਦੇ ਘਰੇ ਗਏ ਸੀ ਮੈਂ ਆਪਦੀ ਟੀਮ ਨੂੰ ਇੱਕ ਸਹੁੰ ਪਵਾ ਕੇ ਤੁਰਿਆ ਸੀ ਵੀ ਖਰਾਬ ਨੇ ਆਪਣੀਆਂ ਤਾਂ ਜਾਵਾਂਗੇ ਜੇ ਵੱਢਾਂਗੇ ਉਹਨੂੰ ਪਰ ਉਹ ਘਰੇ ਨਹੀਂ ਸੀ ਮਿਲਿਆ ਜੇ ਅੱਜ ਸਿੰਘ ਮਨਜਿੰਦਰ ਜੀ ਕੀ ਹਾਲ ਨੇ ਅੱਜ ਇਹ ਬੰਦਾ ਮਿਲਿਆ ਜੇ ਅੱਜ ਮਿਲਦਾ ਤੁਹਾਨੂੰ ਦੱਸ ਦਿੰਦੇ ਕਿ ਸਾਨੂੰ ਸਿੱਖੀ ਨਾਲ ਪਿਆਰ ਕੀ ਆ ਬਿਲਕੁਲ ਜੀ ਬਿਲਕੁਲ ਇਸ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਦਸਤਾਰ ਕੀ ਆ ਸਿੱਖ ਦੇ ਲਈ ਇੱਕ ਸਰੇਆਮ ਵੀਰੇ ਉਹ ਕਹਿੰਦੇ ਫੜ ਲਿਆ ਇੰਦਰਜੀਤ ਵੀਰੇ ਤੇ ਉਹ ਕਹਿੰਦੇ ਵੀ ਤਿੰਨ ਬੰਦੇ ਆ ਜਿਹੜੇ ਕੁੱਟਮਾਰ ਕਰਦੇ ਸੀ ਉਹ ਫੜ ਲਿਆ ਆਜ਼ਾਦ ਆਇਆ ਇਹਦਾ ਕੰਮ ਤਾਂ ਇੰਨਾ ਬਣਦਾ ਸੀ ਵੀ ਨਹੀਂ ਜੀ ਪਹਿਲਾਂ ਬੈਠ ਕੇ ਗੱਲ ਕਰੋ ਕੌਣ ਆ ਕਿਵੇਂ ਆ ਕਿਉਂਕਿ ਕਦੇ ਵੀ ਕਿਸੇ ਦੇ ਘਰੇ ਵੀ ਕੋਈ ਵੀ ਮੂੰਹ ਬੰਨ ਕੇ ਗਲਤ ਆ ਸਕਦਾ ਪਰ ਇਹ ਨਹੀਂ ਕਿ ਡੇਰਿਆਂ ਦੇ ਵਿੱਚ ਤਾਂ ਜੇ ਡੇਰਾ ਇਹ ਜੇ ਡੇਰਾ ਫਿਰ ਇੱਥੇ ਤਾਂ ਸਵੇਰ ਤੋਂ ਲੈ ਜਿਹੜਾ ਆਵਾਜਾਈ ਲੱਗੀ ਹੋਊਗੀ ਫੜੀ ਯਾਰ ਮੇਰਾ ਹੱਥ ਵੀ ਫੱਟ ਗਿਆ ਕੋਈ ਵੀ ਪਿੰਡ ਦੇ ਵਿੱਚ ਡੇਰਾ ਹੋਵੇ ਇਹ ਕਰਦੇ ਆ ਰੀਸ ਗੁਰੂ ਘਰਾਂ ਦੀ ਤੁਹਾਨੂੰ ਸੱਚ ਦੱਸ ਦਈਏ ਗੁਰੂ ਘਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਵੀ ਫ੍ਰੀ ਚੱਲਦੇ ਨੇ ਪਰ ਇਹੋ ਜਿਹੇ ਡੇਰਿਆਂ ਦੇ ਵਿੱਚ ਚੱਲਦੇ ਨੇ ਸੁੱਖੇ ਦੇ ਚੈਨਮਾਂ ਦਾ ਕੰਮ ਲਗਾਤਾਰ ਇਹੋ ਜਿਹੇ ਡੇਰਿਆਂ ਵੱਲ ਜੇ ਨਾ ਧਿਆਨ ਦਿੱਤਾ ਜੀ ਅਸੀਂ ਵੀ ਭੌਂਕ ਕੇ ਹਟ ਜਾਣਾ ਤੁਹਾਨੂੰ ਸੱਚ ਦੱਸਾਂਗੇ ਪਰ ਇਹਨਾਂ ਨੇ ਆਪਣੀ ਆਉਣ ਵਾਲੀ ਨੌਜਵਾਨ ਪੀੜ੍ਹੀ ਜੀ ਅਸੀਂ ਐਡੀ ਦੂਰੋਂ ਆਏ ਹਾਂ ਜਦੋਂ ਫੇਸਬੁੱਕ 'ਤੇ ਵੀਡੀਓ ਦੇਖੀ ਤਾਂ ਸੱਚ ਜਾਣਿਓ ਰੌਂਗਟੇ ਖੜ੍ਹੇ ਹੋ ਗਏ ਵੀ ਇੱਕ ਬੰਦੇ ਦੀ ਦਾੜ੍ਹੀ ਫੜੀ ਕਿਸੇ ਨੇ ਉਹਦਾ ਦਾੜਾ ਫੜ ਲਿਆ ਉਹ ਵੀ ਉਸ ਬੰਦੇ ਨੇ ਜਿਹਨੂੰ ਆਜ਼ਾਦ ਕਹਿੰਦੇ ਨੇ ਕਿ ਡੇਰਾ ਉਹਦਾ ਵੀ ਇਹ ਚੀਜ਼ਾਂ ਹੁੰਦੀਆਂ ਨੇ ਮੈਂ ਦੁਬਾਰਾ ਜਿਹੜੇ ਨਵੇਂ ਜੁੜਿਆ ਵੀਰਾਂ ਦੱਸਦਾ ਕਿ ਸੋਸ਼ਲ ਮੀਡੀਆ 'ਤੇ ਇੱਕ ਸਵੇਰ ਤੋਂ ਵੀਡੀਓ ਚੱਲ ਰਹੀ ਆ ਮੇਰੀ ਆਪਦੀ ਖੁਦ ਦੀ ਮੈਂ ਹੁਣੇ ਬਾਂਹ ਖੋਲ ਕੇ ਹਟਿਆ ਸਵੇਰ ਤੋਂ ਇੱਕ ਵੀਡੀਓ ਚੱਲ ਰਹੀ ਆ ਕਿ ਇੱਕ ਆਜ਼ਾਦ ਨੇ ਇੱਕ ਵੀਰ ਦੀ ਦਸਤਾਰ ਦੀ ਬੇਅਦਬੀ ਕੀਤੀ ਆ ਤਿੰਨ ਜਣਿਆਂ ਨੇ ਅਤੇ ਆਜ਼ਾਦ ਨੇ ਆ ਕੇ ਹੱਥ ਦੇ ਵਿੱਚ ਮੀਡੀ ਸਕਦਾ ਉਹਦੇ ਉਹਨੇ ਦਾੜਾ ਫੜਿਆ ਕਬੀਰ ਦਾ ਅੱਜ ਸਾਡੇ ਜਿਉਂਦੇ ਜਾਗਦੇ ਸਾਡੇ ਖਾਲਸੇ ਕਹਾਉਣ ਵਾਲਿਆਂ ਦੇ ਜਿਉਂਦੇ ਜਾਗਦੇ ਇੱਕ ਡੇਰਾ ਚਲਾਉਣ ਵਾਲਾ ਖਾਨਪੁਰ ਪਿੰਡ ਤੋਂ ਕਿਸੇ ਵੀਰ ਦਾ ਦਾੜਾ ਫੜਦਾ ਤਾਂ ਸੱਚ ਜਾਣਿਓ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਅਗਲਾ ਕਹਿੰਦਾ ਆਪ ਮੂਹਰੇ ਆਵੋ ਜੇ ਅਸੀਂ ਉੱਥੋਂ ਪਾਉਂਦਾ ਮੈਂ ਆਪਦੇ ਮੱਲੇ ਪਿੰਡ ਤੋਂ ਲਾਈਵ ਵੀ ਖਾਨਪੁਰ ਵਾਲਿਓ ਕੀ ਹੋ ਗਿਆ ਤੁਹਾਡੀਆਂ ਜ਼ਮੀਰਾਂ ਕਿੱਥੇ ਆ ਇਹ ਨਹੀਂ ਸੀ ਚੱਲਣਾ ਅਸੀਂ ਆਏ ਹਾਂ ਜਿੱਥੋਂ ਤੱਕ ਸਾਡਾ ਜ਼ੋਰ ਲੱਗੂ ਉਹ ਲਾ ਕੇ ਦਿਖਾਵਾਂਗੇ ਇਹ ਸਾਧ ਡੇਰਾ ਸਾਧ ਚਲਾ ਕੇ ਦਿਖਾ ਦੇਵੇ ਉਦੋਂ ਬਾਅਦ ਜਾ ਕੇ ਚਲਾ ਕੇ ਦਿਖਾ ਦੇ ਮੈਂ ਪੰਚਾਇਤ ਨਾਲ ਗੱਲ ਕਰਕੇ ਜਾਣੀਆਂ ਸੀ ਉਹ ਪੰਚਾਇਤ ਕਿਸੇ ਲੋੜਵੰਦ ਨੂੰ ਘਰ ਦੇ ਦੇਵੇ ਇੱਥੇ ਕੁਛ ਹੋਰ ਕੰਮ ਚਲਾ ਦੇਵੇ ਜੇ ਪਿੰਡ ਵਾਲੇ ਵੀ ਸਹੀ ਹੋਣਗੇ ਇੱਥੇ ਪੰਚਾਇਤ ਵੀ ਸਹੀ ਹੋਊਗੀ ਇਹਨੂੰ ਡੇਰਾ ਨਾ ਚਲਾਉਣ ਦਊ ਇੱਥੇ ਤੁਹਾਨੂੰ ਸੱਚ ਜਾਣਿਓ ਕਿਉਂਕਿ ਅੱਜ ਇਹਨੇ ਇਹੋ ਜਿਹਾ ਹਰਕਤ ਕੀਤੀ ਆ ਨੋਟ ਵੀ ਕਰ ਲਿਓ ਵੀ ਪਤਾ ਨਹੀਂ ਇਹਨੇ ਕਿਹੜੀਆਂ ਕਿਹੜੀਆਂ ਹਰਕਤਾਂ ਕੀਤੀਆਂ ਹੋਣੀਆਂ ਕਈ ਵਾਰ ਤਪੇ ਬੈਠੇ ਹੁੰਦੇ ਨੇ ਲੋਕ ਕਈ ਵਾਰ ਤਪੇ ਬੈਠੇ ਹੁੰਦੇ ਨੇ ਕੋਈ ਬੋਲਦਾ ਨਹੀਂ ਕਹਿੰਦੇ ਸਾਨੂੰ ਸਾਡਾ ਮੋਢੀ ਨਹੀਂ ਮਿਲਦਾ ਤਾਂ ਨਹੀਂ ਅਸੀਂ ਕੁਛ ਕਰ ਸਕਦੇ ਪਰ ਇਸ ਕਰਕੇ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਇਹੋ ਜਿਹੇ ਡੇਰੇ ਸਾਡੀ ਸਿੱਖੀ ਦੀ ਜੜ੍ਹਾਂ ਦੇ ਵਿੱਚ ਬਹਿ ਰਹੇ ਨੇ ਕਿਉਂਕਿ ਜਿਹੜੇ ਸਾਡੇ ਨੌਜਵਾਨ ਨੇ ਛੋਟੇ ਛੋਟੇ ਜਿਨ੍ਹਾਂ ਨੇ ਦਸਤਾਰਾਂ ਬੰਨਣੀਆਂ ਜੇ ਉਹ ਇਹੋ ਜਿਹੇ ਡੇਰੇ ਵਾਲਿਆਂ ਦੇ ਹੱਥ ਚੜ੍ਹ ਗਏ ਨਾ ਤਾਂ ਸੱਚ ਜਾਣੇ ਉਹ ਕੰਮ ਤੋਂ ਵੀ ਜਾਣਗੇ ਪਰਿਵਾਰ ਤੋਂ ਵੀ ਜਾਣਗੇ ਸਿੱਖੀ ਤੋਂ ਜਾਣਗੇ ਆ ਜਿਹੜਾ ਆਪਾਂ ਰੌਲਾ ਪਾਉਂਦੇ ਹਾਂ ਸਮਾਜ ਦੇ ਵਿੱਚ ਕਿ ਜੀ ਨਸ਼ੇ ਫੈਲ ਗਏ ਸਾਡੇ ਕੰਮ ਹੈ ਨਹੀਂ ਗਾ ਸਾਡੇ ਸਿਰਾਂ ਤੇ ਦਸਤਾਰਾਂ ਵੀ ਖੜੀ ਹੈ ਕੋਈ ਗੱਡੀ ਆ ਸਕੂਟਰ ਵੀ ਆ ਗੱਡੀ ਸਕੂਟਰ ਸਾਰਾ ਕੁਛ ਡੇਰੇ ਦੇ ਵਿੱਚ ਆ ਕਿਉਂਕਿ ਇਹਨਾਂ ਦੀਆਂ ਮੌਜਾਂ ਨੇ ਤੁਹਾਨੂੰ ਸੱਚ ਦੱਸੀਏ ਇਹ ਦੋ ਨੰਬਰ ਦੇ ਜਿਹੜੇ ਕੰਮ ਕਰਦੇ ਨੇ ਉਹ ਇਹੋ ਜਿਹੇ ਬੰਦੇ ਕਰਦੇ ਨੇ ਜਿਹੜਾ ਦੋ ਨੰਬਰ ਦਾ ਕੰਮ ਚੱਲਦਾ ਧੰਦਾ ਚੱਲਦਾ ਕਿਉਂਕਿ ਇਹਨਾਂ ਨੂੰ ਕਿਹੜਾ ਰੋਕਣਾ ਮੈਂ ਅੱਗੇ ਵੀ ਹਜ਼ਾਰ ਵਾਰ ਬੇਨਤੀ ਕਰਦਾ ਨਾ ਖਾਲਸੇ ਮੱਲਿਆ ਦੀ ਟੀਮ ਨੂੰ ਸਾਰੇ ਜਾਣਦੇ ਆ ਨਾਕੇ ਤੋਂ ਪੁਲਿਸ ਵਾਲੇ ਵੀ ਕਹਿਣ ਦਿੰਦੇ ਆ ਖਾਲਸਾ ਜੀ ਕਿੱਧਰ ਨੂੰ ਸੇਵਾ ਕਰਨ ਚੱਲੇ ਹੋ ਇਹਨਾਂ ਲੋਕਾਂ ਦੀ ਚੈਕਿੰਗ ਹੁੰਦੀ ਨਹੀਂ ਇਹ ਬਾਹਰੋਂ ਨਸ਼ਾ ਲਿਆਉਂਦੇ ਨੇ ਜਵਾਕਾਂ ਦੀਆਂ ਜੜ੍ਹਾਂ ਚਬਾਉਂਦੇ ਨੇ ਇਹ ਚਿੱਟੇ ਲਿਆ ਕੇ ਵੇਚਦੇ ਨੇ ਇਹ ਗੱਲਾਂ ਝੂਠੀਆਂ ਨਹੀਂ ਮੈਂ ਕੋਈ ਵਿਊ ਲੈਣ ਦਾ ਮਾਰਾ ਨਹੀਂ ਕਹਿ ਰਿਹਾ ਮੈਂ ਇੱਕ ਗੁਰੂ ਦਾ ਖਾਲਸਾ ਮੇਰੀ ਕੋਈ ਇਸ ਸਾਧ ਨਾਲ ਦੁਸ਼ਮਣੀ ਨਹੀਂ ਸੀ ਪਰ ਅੱਜ ਜੇ ਦੇਖੀ ਅੱਜ ਦੀ ਵੀਡੀਓ ਦੇਖ ਕੇ ਇਦੋਂ ਵੱਡਾ ਸਾਡਾ ਕੋਈ ਦੁਸ਼ਮਣ ਨਹੀਂ ਜੇ ਸੱਚ ਜਾਣਿਓ ਇਹ ਬੰਦਾ ਨੇ ਕੀ ਕੀਤਾ ਹੋਇਆ ਕਿ ਆਪਦੀ ਮਰਜ਼ੀ ਦੇ ਨਾਲ ਕਰਦੇ ਨੇ ਚਾਰ ਚਾਲੇ ਕੱਪੜੇ ਜੇ ਬਿਠਾ ਲੈਂਦੇ ਨੇ ਇੱਥੇ ਕੋੜੇ ਖਾਣ ਪੀਣ ਨੂੰ ਉਹਨਾਂ ਨੂੰ ਖੁੱਲ੍ਹਾ ਮਿਲਦਾ ਇਹਨਾਂ ਦੀ ਦਹਿਸ਼ਤ ਬਣਦੀ ਆ ਪੂਰੀ ਉਹ ਸਾਧ ਮੈਨੂੰ ਪਿੰਡ ਦਾ ਕੋਈ ਵੀ ਮੇਰਾ ਵੀਰ ਦੱਸ ਦੇਵੇ ਵੀ ਉਹਦੀ ਕੋਈ ਦੇਣ ਹੈਗੀ ਆ ਪਿੰਡ ਨੂੰ ਕਦੇ ਉਹਨੇ ਕੁਛ ਇਹੋ ਜਿਹਾ ਕੀਤਾ ਨੰਗੇ ਪਿੰਡੇ ਬੈਠਾ ਸੈਕਟਾਂ ਪੀ ਲੀਆਂ ਚਰਮਾਂ ਪੀ ਲੀਆਂ
ਤੇ ਜਿਹੜਾ ਬੰਦਾ ਆਇਆ ਜਾਨੀ ਕਿ ਇੱਕ ਦਾਦਾਗਰੀ ਵਾਲਾ ਕੰਮ ਕੀਤਾ ਹੋਇਆ ਉਹਨਾਂ ਨੇ ਦਾਦਾਗਰੀ ਵਾਲਾ ਤੇ ਫੇਸਬੁੱਕ ਵਾਲਿਓ ਹੁਣ ਮੈਂ ਦੁਬਾਰਾ ਫੇਰ ਤੁਹਾਨੂੰ ਦਿਖਾ ਦਿੰਦਾ ਸਾਰਾ ਐਡਰੈਸ ਆਪਦੇ ਹਿਸਾਬ ਦੇ ਨਾਲ ਕਿ ਜਿਹੜਾ ਅੱਜ ਸਵੇਰ ਆਪਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਰਿਆਂ ਨੇ ਵੇਖੀ ਹੋਈ ਆ ਉਹ ਵੀਡੀਓ ਇਸ ਡੇਰੇ ਦੀ ਆ ਜੀ ਆਹ ਡੇਰੇ ਦੀ ਉਹ ਵੀਡੀਓ ਆ ਇਸ ਡੇਰੇ ਦੇ ਵਿੱਚੋਂ ਜਿਹੜਾ ਕਾਰਜ ਸੀਗਾ ਉਹ ਹੋਇਆ ਵਾ ਇਹ ਦਰਾਹੇ ਵਾਲਾ ਰੋਡ ਆ ਦਰਾਹੇ ਤੇ ਇਹ ਉਹਦਾ ਡੇਰਾ ਜੀ ਇਹ ਚੰਗਾ ਖਾਤਾ ਇਹਦਾ ਬਾਹਰ ਬਣਾਇਆ ਹੋਇਆ ਵਧੀਆ ਐਸ ਲੈਂਦਾ ਪਿੰਡ ਦੇ ਵਿੱਚ ਜ਼ਿਆਦਾ ਐਸ ਲੈਂਦਾ ਆਪਦੀ ਇੱਥੇ ਨਜ਼ਾਰੇ ਲੈਂਦਾ ਇਹ ਪਰ ਜੇ ਮਿਲਦਾ ਤਾਂ ਜ਼ਰੂਰ ਇਹ ਅੱਜ ਸਵੇਰ ਦੀਆਂ ਵੀਡੀਓ ਆਈਆਂ ਵੀਰ ਜੀ ਅੱਜ ਸਵੇਰ ਦੀਆਂ ਵੀਡੀਓ ਆਈਆਂ ਹੋਈਆਂ ਸਾਰਿਆਂ ਨੇ ਦੇਖੀਆਂ ਹੋਈਆਂ ਪਰ ਬੇਨਤੀ ਇੰਨੀ ਕਾ ਜੀ ਵੀ ਇਹੋ ਜਿਹੇ ਡੇਰਿਆਂ ਦੇ ਵਿੱਚੋਂ ਜੇ ਸਾਡੇ ਦਾੜੇ ਫੜੇ ਜਾਣਗੇ ਸਾਡੀਆਂ ਦਸਤਾਰਾਂ ਲੈਣਗੀਆਂ ਤਾਂ ਮੈਂ ਕਹਿੰਦਾ ਅੱਗ ਲਾ ਦੇਣੀ ਚਾਹੀਦੀ ਹੈ ਇਹੋ ਜਿਹੇ ਡੇਰਿਆਂ ਨੂੰ ਇਹ ਤਾਂ ਪਿੰਡ ਵਾਲਿਆਂ ਹੋਊਗਾ ਕਿੱਥੋਂ ਦਾ ਕਿਉਂਕਿ ਹੁਣ ਜੇ ਆਪਾਂ ਕੈਮਰੇ ਦੇ ਵਿੱਚ ਕਿਸੇ ਨੂੰ ਲੈਂਦੇ ਹਾਂ ਨਾ ਬਈ ਜੀ ਤੁਸੀਂ ਦੱਸੋ ਕੌਣ ਆ ਕਿਵੇਂ ਆ ਅਗਲਾ ਡਰਦਾ ਵੀ ਸਾਡੀਆਂ ਦੁਸ਼ਮਣੀਆਂ ਪੈ ਜਾਣੀਆਂ ਤੇ ਇਸ ਕਰਕੇ ਜਿੰਨੇ ਮੇਰੇ ਵੀਰਾਂ ਚਾਹੇ ਤੁਸੀਂ ਮੋਨੇ ਹੋ ਜੇ ਆਪਾਂ ਕਿਸੇ ਦੀ ਦਸਤਾਰ ਲਾਉਂਦੇ ਹਾਂ ਤਾਂ ਸੱਚ ਜਾਣਿਓ ਅਸੀਂ ਦੋਸ਼ੀ ਹੁੰਦੇ ਹਾਂ ਦਸ਼ਮੇਸ਼ ਪਿਤਾ ਦੇ ਅਸੀਂ ਦੋਸ਼ੀ ਹੁੰਦੇ ਹਾਂ ਨੌਵੇਂ ਪਾਤਸ਼ਾਹ ਜੀ ਦੇ ਸਾਨੂੰ ਦਸਤਾਰਾਂ ਦੇ ਨਾਲ ਤਾਂ ਸਮਾਜ ਦੇ ਵਿੱਚ ਨਾਂ ਮਿਲਿਆ ਪਰ ਜੇ ਇਹੋ ਜਿਹੇ ਡੇਰਿਆਂ 'ਚ ਸਾਡੀਆਂ ਦਸਤਾਰਾਂ ਲੈਣਗੀਆਂ ਤਾਂ ਸਾਡੇ ਲਈ ਵੀ ਲਾਹਨਤਾਂ ਨੇ ਸਾਡੇ ਲਈ ਵੀ ਤੇ ਇਸ ਕਰਕੇ ਆਪਾਂ ਸਾਰੇ ਜਾਣੇ ਮੈਂ ਇੱਕ ਗੁਰਸਿੱਖ ਹੋਣ ਦੇ ਨਾਤੇ ਤੇ ਆਇਆ ਜੀ ਇੱਥੇ ਮੈਂ ਇੱਕ ਗੁਰਸਿੱਖ ਨਾਤੇ ਤੇ ਆਇਆ ਮੈਨੂੰ ਸਿੱਖੀ ਨਾਲ ਪਿਆਰ ਹੈ ਤੇ ਬਿਲਕੁਲ ਜੀ ਪਿੰਡ 'ਚ ਅਸੀਂ ਜਾਵਾਂਗੇ ਪਿੰਡ ਦੀ ਪੰਚਾਇਤ ਦੇ ਨਾਲ ਗੱਲ ਕਰਕੇ ਤੁਹਾਡੇ ਨਾਲ ਬਾਅਦ ਦੇ ਵਿੱਚ ਵੀ ਜਿਹੜਾ ਕੁਛ ਹੈਗਾ ਸਾਰਾ ਕਾਰਜ ਦੱਸਾਂਗੇ ਵੀ ਇਹ ਜਿਹੜਾ ਡੇਰਾ ਤੇ ਇਸ ਕਰਕੇ ਟੋਟਲੀ ਜਾਣਕਾਰੀ ਦੇ ਦਾਂਗੇ ਤੁਹਾਨੂੰ ਵੀ ਇਹ ਇੱਥੇ ਕੀ ਗੱਲਬਾਤ ਆ ਬਿਲਕੁਲ ਇਹਨਾਂ ਡੇਰਿਆਂ ਦੇ ਵਿੱਚ ਹੀ ਸਾਡਾ ਘਾਣ ਹੋ ਰਿਹਾ ਜੀ ਇਹਨਾਂ ਡੇਰਿਆਂ ਦੇ ਵਿੱਚ ਜੇ ਅਸੀਂ ਨਾ ਇਸ ਵੱਲ ਨੂੰ ਹੋਏ ਵੀ ਫਿਰ ਸੱਚ ਜਾਣਿਓ ਫਿਰ ਸਾਡੀ ਦਸਤਾਰ ਸੇਫ ਨਹੀਂ ਅਸੀਂ ਜੰਗਾਂ ਲੜੀਆਂ ਇਸ ਦਸਤਾਰਾਂ ਦੇ ਲਈ ਅਸੀਂ ਪਰਿਵਾਰ ਵਾਰਿਆ ਇਸ ਦਸਤਾਰ ਦੇ ਲਈ ਪਰ ਜੇ ਸਾਡੀ ਦਸਤਾਰ ਇੱਕ ਚਿਲਮਾ ਪੀਣ ਵਾਲੇ ਡੇਰਿਆਂ ਦੇ ਵਿੱਚ ਚਿਲਮਾ ਪੀਣ ਵਾਲਿਆਂ ਦੇ ਹੱਥੋਂ ਸੇਫ ਨਹੀਂ ਸਾਡੇ ਦਾੜੇ ਇਹ ਜੇ ਪਖੰਡੀਆਂ ਦੇ ਕੋਲੋਂ ਸੇਫ ਨਹੀਂ ਤਾਂ ਸੱਚ ਜਾਣਿਓ ਫਿਰ ਸਾਡਾ ਵੀ ਸਿੱਖ ਕਹਾਉਣ ਦਾ ਕੋਈ ਫਾਇਦਾ ਨਹੀਂ ਜੇ ਮਿਲ ਜਾਂਦਾ ਅੱਜ ਫਿਰ ਤੁਹਾਨੂੰ ਸੱਚ ਦੱਸ ਦੇਣਾ ਸੀਗਾ ਮੈਂ ਦੁਬਾਰਾ ਤੋਂ ਫਿਰ ਤੁਹਾਨੂੰ ਸਾਰੀ ਘਟਨਾ ਜਿਹੜੀ